एसी दलबाग सिंह पुलिस पार्टी समेत रोही कंडे का नाका लाया। इन्होंने मुख बरखास ने इतराह दी कि जिहड़े आकाश ते गोपाल उर्फ आकाश वासी नूरदीप चौंक हरी राम सैलर के पास, दूजा अपना गुरप्रताप सिंह गोरा पुत्र गुरनाम सिंह वासी कका कल्याणा, ये की करते हैं कि चोरी के मोबाइल जिहड़े लेंदे आ। इन्होंने एक गोरे ने दुकान भी पाई है, उहदे विच चोरी के मोबाइलों का समान कढ के जिवें कि डिस्प्ले कढ के दूजे फोनों च करते हैं। तो आकाश जिहड़ा वा चोरी के फोन सारे लोगों को जिहड़े मुंडे टोटा खोहां करते उन्हां को लैके इन्हूं प्रोवाइड करते, इन्हां गैंग बनाया वा जिन्हों के फिर इतराह ते ही परचा दर्ज करके इन्हां नूं दोवां नूं गिरफ्तार किया। जिन्हों को गिरफ्तारी दौरान हुण तक दोवें रिमांड ते आ, टोटल 80 मोबाइल जिहड़े रिकवर हो चुके आ ते 50 जिहड़े टोटल फोनां दीआं बॉडियां जिन्हां दे विच्चों कोई समान ना कढ़िया होया वा उह रिकवर होए, टोटल 130 साडे कोलों ਜਿਹੜੇ ਉਹ ਬਰਾਮਦ ਹੋ ਚੁੱਕੇ ਆ। ਸਰ ਕਿੰਨੇ ਸਾਲ ਦੇ ਸਰਗਰਮੀ ਇਸ ਮਾਮਲੇ ਦੇ ਮੈਂਬਰ ਜਿਹੜੇ ਹੈਗੇ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਆ। ਪੁੱਛਗਿੱਛ ਦੌਰਾਨ ਇਹਨਾਂ ਨੇ ਕੁਝ ਪਿਛਲੇ 1-2 ਮਹੀਨੇ ਦੌਰਾਨ ਵੀ ਵਾਰ ਦਿੱਤਾ ਮੰਨੇ ਵੀ ਆ, ਉਹ ਬਾਕੀ ਨਾਲ ਮੁੰਡੇ ਹੀ 3 ਹੋਰ ਨਾਮਜ਼ਦ ਵੀ ਕੀਤੇ ਨੇ, ਇਹਨਾਂ ਨਾਲ ਮੁੰਡੇ ਆਕਾਸ਼ ਤੇਜਪਾਲ ਨਾਲ ਹੋਰ ਮੁੰਡੇ ਆ ਜਿਹੜੇ ਕਿ ਨਾਲ ਚੋਰੀਆਂ ਕਰਕੇ ਰੁਟਾਫੋ ਕਰਕੇ ਮੋਬਾਈਲ ਲਿਆਉਂਦੇ ਆ। ਜਿਹੜੀ ਗੋਰੇ ਦੁਕਾਨੇ ਉਹ ਕਿੱਥੇ ਤਰਨ ਤਾਰਨ ਦੇ ਵਿੱਚ ਹੈਗੀ ਆ? ਤਰਨ ਤਾਰਨ ਤੋਂ ਬਾਹਰ ਸੀ ਦੀ ਤੇ ਗੋਰਾ ਘਰੇ ਵੀ ਆਪਣਾ ਕੰਮ ਕਰਦਾ ਵਾ, ਤਰਨ ਤਾਰਨ ਦੇ ਵਿੱਚ ਵੀ ਜੀ ਦੁਕਾਨ ਆ, ਇਹਦਾ ਘਰੇ ਵੀ ਹੈਗਾ ਕੰਮ, ਕੁਝ ਘਰੋਂ ਦੀ ਰਿਕਵਰੀ ਹੋਈ, ਕੋਈ ਦੁਕਾਨ ਤੋਂ ਰਿਕਵਰੀ ਹੋਈ ਆ। ਕਿੰਨੀ ਕੁ ਕੀਮਤ ਸਾਰੀ ਜਿਹੜੇ ਫੋਨ ਦੀ ਆ? ਫੋਨ ਕੋਈ ਆਈਫੋਨ 14 ਵੀ ਹੈਗੇ ਆ, 13 ਵੀ, 12 ਵੀ ਆ, ਮਤਲਬ ਟੋਟਲ ਅਜੇ ਅਸੀਂ ਲਾਇਆ ਨਹੀਂ, ਪਰ ਲਾ ਕੇ ਚੱਲੋ ਕਿ ਬਹੁਤ ਕੀਮਤੀ ਮੋਬਾਈਲ ਹੈ। ਲੱਗਦਾ ਵੀ ਹੋਰ ਵੀ ਮਾਮਲਿਆਂ ਵਿੱਚ ਇਹਨਾਂ ਦੀ ਮੌਜੂਦਗੀ ਹੋ ਸਕਦੀ ਹੈ ਵਿੱਚ? ਇਹ ਅਸੀਂ ਇਹਨਾਂ ਦੇ ਮਾਲਕਾਂ ਦੀ ਤਸਦੀਕ ਕਰਨੇ ਆ, ਇਹ ਪਤਾ ਲੱਗੂਗਾ ਫਿਰ ਜਿਹੜੇ ਇਹਦੇ ਮਾਲਕ ਜਿਵੇਂ ਜਿਵੇਂ ਤਸਦੀਕ ਹੋਣਗੇ ਕਿ ਕਿਹਦਾ ਚੋਰੀ ਹੋਇਆ ਵਾ ਜਾਂ ਰੁੱਟਿਆ ਖੋਹਿਆ ਹੈਗਾ ਜਾਂ ਕਿਵੇਂ ਆਇਆ, ਉਹ ਸਾਰਾ ਉਹ ਤੋਂ ਫਿਰ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾਵੇ। ਕਿਹੜੇ ਕਿਹੜੇ ਤਰ੍ਹਾਂ ਦੇ? ਇਹ ਫਿਲਹਾਲ 379-411 APC ਤਹਿਤ ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਕਰ ਰਹੇ ਹਾਂ, ਜਿਵੇਂ ਜਿਵੇਂ ਜੋ ਜੋ ਤੱਥ ਸਾਹਮਣੇ ਆਉਣਗੇ ਸੰਬੰਧਿਤ ਧਾਰਾਵਾਂ ਦਾ ਵਾਧਾ ਕੀਤਾ ਜਾਵੇ। ਅਦਾਲਤ ਪਾਸੇ ਰਿਮਾਂਡ ਵੀ ਲੈ ਜਾਓਗੇ? ਅਦਾਲਤ ਤਾਂ ਅਸੀਂ ਅੱਗੇ ਆਲਰੇਡੀ ਰਿਮਾਂਡ 'ਤੇ 2 ਦਿਨ ਸਾਡੇ ਕੋਲ, ਹੁਣ ਅਸੀਂ ਇਹਨਾਂ ਦਾ ਫਿਰ ਨੈਕਸਟ ਰਿਮਾਂਡ ਲੈ ਰਹੇ ਹਾਂ, ਜਿਹੜੇ ਦੋਸ਼ੀ ਫੜਨੇ ਬਾਕੀ ਹੋਰ ਵੀ ਰਿਕਵਰੀ ਅਸੀਂ ਕਰਾਂਗੇ। ਆਸ ਹੈਗੀ ਹੈ ਹੋਰ ਵੀ ਰਿਕਵਰੀ ਕਰਾਂਗੇ ਜੀ, ਹੋਰ ਰਿਕਵਰੀ ਵੀ ਕਰਾਂਗੇ ਅਤੇ ਬੰਦੇ ਦੋਸ਼ੀ ਹੋਰ ਵੀ ਨਾਮ ਵੀ ਕਰਕੇ ਉਹਨਾਂ ਨੂੰ ਦਰਜ ਕਰਾਂਗੇ। ਸਾਰੇ ਜਿਹੜਾ ਗੁਰਨਾਮ ਸਿੰਘ ਦਾ ਗੋਰਾ ਵਾ, ਇਹ ਕਿੰਨੇ ਚਿਰ ਦਾ ਕੰਮ ਕਰ ਰਿਹਾ ਜੀ? ਦੁਕਾਨ ਤੇ ਬਹੁਤ ਪੁਰਾਣੀ ਦੁਕਾਨ ਇਹਦੀ ਪੁਰਾਣੀ ਆ, ਪਰ ਜਿਹੜਾ ਇਹ ਜਿਹੜਾ ਹੁਣ ਗਲਤ ਕੰਮ ਕਰਨਾ, ਗਲਤ ਕੰਮਾਂ ਦਾ ਹੁਣ ਸਾਨੂੰ ਜਿਹੜੀ ਇਨਫੋਰਮੇਸ਼ਨ ਆਈ ਉਹਦੇ ਸੰਬੰਧੀ ਅਸੀਂ ਪੁੱਛਗਿੱਛ ਨਹੀਂ ਕਰ ਰਹੇ ਹਾਂ। ਪਿਛਲੇ 1 ਮਹੀਨੇ ਤੋਂ 1.5 ਮਹੀਨੇ ਦਾ ਸੰਪਰਕ ਹੋਇਆ ਵਾ ਆਕਾਸ਼ ਤੇਜਪਾਲ ਨਾਲ, ਅਤੇ ਆਕਾਸ਼ ਤੇਜਪਾਲ ਦੇ ਸੰਪਰਕ 'ਚ ਆਉਣ ਨਾਲ ਜ਼ਿਆਦਾ ਜਿਹੜਾ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਇਹ ਕੰਮ ਕਰਨ ਲੱਗਾ। ਆਕਾਸ਼ ਤੇਜਪਾਲ ਪਿੱਛੋਂ ਕੀ ਕੰਮ ਕਰਦਾ ਸਰ? ਇਹ ਤਾਂ ਅਜੇ ਪਿੱਛੋਂ ਕੋਈ ਨਹੀਂ ਕਰਦਾ, ਘਰੇ ਵਿਹਲਾ ਹੀ ਆ, ਪੜ੍ਹ ਕੇ ਹਟਿਆ ਵਾ ਅਤੇ ਵਿਹਲੇ ਮੁੰਡੇ ਨਾਲ ਮਾੜੇ ਸੰਗਤ 'ਚ ਪੈ ਕੇ ਗਲਤ ਕੰਮਾਂ 'ਚ ਪੈ ਗਿਆ। ਸਰ ਇੱਕ ਹੋਰ ਚੀਜ਼ ਕੀਤੀ, 94 FIR ਦਰਜ। ਇਹ ਰੁਪਿੰਦਰ ਕੌਰ ਲੜਕੀ ਇਹਦਾ ਮੋਬਾਈਲ ਖੋਹ ਕੇ 2 ਮੁੰਡੇ ਭੱਜੇ ਮੋਟਰਸਾਈਕਲ 'ਤੇ ਪਿੱਛੇ ਲੱਗੇ ਸੀ ਇਹਦੇ, ਇਹਨਾਂ ਨੂੰ ਅਸੀਂ ਕੈਮਰੇ CCTV ਫੁਟੇਜ 'ਤੇ ਵਰਕਆਊਟ ਕਰਕੇ ਚੌਂਕੀ ਜਾਂ ਬੱਸ ਸਟੈਂਡ ਨਾਲ ਮਿਹਨਤ ਕਰਕੇ ਜਿਹੜਾ ਮੁੰਡਾ ਰਾਹੁਲ ਉਹਨੂੰ ਫੜ ਲਿਆ ਵਾ ਅਤੇ ਕੋਈ ਮੋਬਾਈਲ ਖੋਹ ਦਾ ਬਰਾਮਦ ਹੋ ਗਿਆ ਵਾ ਅਤੇ ਨਾਲ ਜਿਹੜਾ ਉਹਨੇ ਬਾਈਕ ਵਰਤੀ ਸੀ ਉਹ ਵੀ ਬਰਾਮਦ ਹੋ ਗਈ। ਕਿਹੜਾ ਫੋਨ ਸੀ ਉਹ? ਉਹ ਸੈਮਸੰਗ ਦਾ ਜੀ, ਸੈਮਸੰਗ ਦਾ ਫੋਨ ਆ, ਮਾਰਕਾ ਸੈਮਸੰਗ ਫਿਰੋਜ਼ੀ ਰੰਗ ਦਾ ਫੋਨ ਆ ਜੀ। ਹਥਿਆਰ ਇਹ ਆਪਣਾ ਦੂਜਾ ਮੁੰਡਾ ਗੁਰਿੰਦਰਪਾਲ ਆ, ਉਹਦੇ ਕੋਲੋਂ ਦੱਸਣ ਦਿਆ ਕਿ ਡੰਮੀ ਪਿਸਟਲ ਹੀ ਵਰਤ ਕੇ ਉਹ ਕਰਦੇ ਹਾਂ, ਇਹਦੇ ਕੋਲੋਂ ਦਾਤਰ ਬਰਾਮਦ ਕਰ ਲਿਆ ਵਾ, ਇੱਕੋ ਦਾਤਰ ਹੀ, ਦੂਜੇ ਕੋਲੋਂ ਡੰਮੀ ਪਿਸਟਲ ਅਸੀਂ ਰਿਕਵਰ ਕਰਾਂਗੇ। ਹੋਰ ਪੁੱਛਗਿੱਛ ਦੌਰਾਨ ਦੱਸਣ ਦਿਆ ਕਿ ਅਸੀਂ ਹੋਰ ਵੀ ਕੀਤੀਆਂ ਵਾ, ਅਤੇ ਜਿਹੜੇ ਇਹ ਆਪਣਾ ਰਾਹੁਲ ਆ ਇਹਨੂੰ ਅਸੀਂ 92 ਨੰਬਰ ਦੇ ਵਿੱਚ ਵੀ ਆਕਾਸ਼ ਤੇਜਪਾਲ ਨੇ ਦੱਸਿਆ ਸੀ ਕਿ ਰਾਹੁਲ ਨੇ ਹੀ ਮੈਨੂੰ ਸੰਪਰਕ ਕਰਾ ਕੇ ਅਤੇ ਮੋਬਾਈਲ ਦਿੱਤੇ ਆ, 92 ਨੰਬਰ ਦੇ ਵਿੱਚ ਵੀ ਰਾਹੁਲ ਨੂੰ ਅਸੀਂ ਨਾਮਜ਼ਦ ਕਰ ਲਿਆ ਵਾ, ਇਹਦੀ ਇਹ 'ਚ ਵੀ ਅਰੈਸਟ ਪਾਵਾਂਗੇ। ਇਹ ਪੁੱਛਗਿੱਛ ਜਿਹੜੀ ਆ ਮੋਬਾਈਲਾਂ 'ਤੇ ਹੋਰ ਵੀ ਜਿਹੜੇ ਨੇ ਖੋਹਾਂ ਕੀਤੀਆਂ ਉਹ ਬਰਾਮਦ ਕਰਾਂਗੇ। ਲੋਕਾਂ ਨੂੰ ਕੀ ਅਪੀਲ ਕਰਦੇ ਰਸਤੇ ਵਿੱਚ ਫੋਨ ਸੁਣਦੇ ਆ? ਲੋਕਾਂ ਨੂੰ ਹੀ ਅਪੀਲ ਕਰਦੇ ਹਾਂ, ਚਲੋ ਸਾਵਧਾਨੀ ਵਰਤਣੀ ਚਾਹੀਦੀ ਆ, ਆਪਣੇ ਜਦੋਂ ਮੋਬਾਈਲ ਸੁਣਦੇ ਆਉਂਦੇ ਜਾਂਦੇ ਧਿਆਨ ਰੱਖਣ ਲੱਗ ਕੇ ਬੰਨੇ। ਪਹਿਲੀ ਗੱਲ ਤਾਂ ਪੁਲਿਸ ਅਸੀਂ PCR ਸਾਡੀ ਪੈਟਰੋਲਿੰਗ ਹੋ ਰਹੀ ਨਾਕੇ ਲੱਗੇ, ਅਸੀਂ ਮੁਸਤਰਕ ਹੋ ਕੇ ਡਿਊਟੀ ਕਰਦੇ ਹਾਂ, ਪਰ ਫਿਰ ਵੀ ਲੋਕਾਂ ਨੂੰ ਅਸੀਂ ਇਹੋ ਸੰਦੇਸ਼ ਭੇਜ ਦਿੰਦੇ ਹਾਂ, ਆਪਣਾ ਅਲਰਟ ਹੋ ਕੇ ਜਾਣ ਜੇ ਤੁਹਾਨੂੰ ਕੋਈ ਲੱਗਦਾ ਸ਼ੱਕੀ ਵਿਅਕਤੀ ਉਹ ਲਾਗੇ ਬੰਨੇ, ਜੇ ਤੁਹਾਨੂੰ PCR ਵਾਲਾ ਜਾਂ ਸਾਡਾ ਫੋਨ ਨੰਬਰ ਹੈਲਪਲਾਈਨ ਨੰਬਰ ਸਾਡੇ ਪੁਲਿਸ ਦੇ ਹੈਗੇ ਆ, ਉਸੇ ਵੇਲੇ ਸਾਨੂੰ ਫੋਨ ਕਰੋ ਤਾਂ ਜੋ ਉਹਨਾਂ ਦੋਸ਼ੀਆਂ ਨੂੰ ਉਸੇ ਵੇਲੇ ਕਾਬੂ ਕੀਤਾ ਜਾਵੇ। ਸਰ ਗਰੁੱਪ ਦੇ ਵਰਕਆਊਟ ਕਰ ਚੁੱਕੇ ਹਾਂ, ਪਹਿਲਾਂ ਦੋ ਫੜੇ, ਦੋਵਾਂ ਤੋਂ 3 ਹੀ ਹੋਰ ਲੱਭ ਲਏ ਆ, ਉਹਨਾਂ ਤੋਂ ਪੁੱਛਗਿੱਛ ਦੇ ਵਿੱਚ ਜੇ ਰਿਮਾਂਡ ਲੈ ਰਹੇ ਹਾਂ, ਹੋਰ ਅਸੀਂ ਜਿੰਨੇ ਵੀ ਹੋਏ ਕੋਸ਼ਿਸ਼ ਕਰਾਂਗੇ ਕਿ ਜਿੰਨੇ ਵੀ ਮੈਕਸੀਮਮ ਜਿੰਨੇ ਸਾਰੇ ਟਰੇਸ ਕਰਾਂਗੇ। ਠੀਕ।